ਅਸਲਾਮ ਵਾਲੇਕੁਮ ਸੰਗਤ, ਕਿਆ ਹਾਲ ਚਾਲ ਹੈ? ਉਮੀਦ ਕਰਨਾ ਸਾਰੇ ਦੋਸਤ ਖੈਰ ਖਰੀਅਤ ਨਾਲ ਹੋ ਸਨ। ਮੈਂ ਵੀ ਅਲਹਮਦੁਲਿਲਾ ਠੀਕ ਹਾਂ। ਅਤੇ ਅੱਜ ਤਾਂ ਆਗਾਜ਼ ਕਰਨੇ ਨਵੇਂ ਵਲੋਗ ਦਾ ਸ਼ੁਰੂ। ਅਤੇ ਸੰਗਤ, ਅੱਜ ਅਸਾਂ ਥੋੜ੍ਹਾ ਜਿਹਾ ਕੰਮ ਹੈ ਸ਼ਹਿਰ ਦਾ, ਅਤੇ ਉਹ ਕਰਨ ਵੇਂਦੇ ਪਏ। ਤਾਂ ਸ਼ਹਿਰ ਦਾ ਵਿਊ ਤੁਸੀਂ ਦੇਖ ਦੇ ਵੇ, ਅਤੇ ਇਹ ਹੋਂਡਾ ਵੰਡ ਫੈਫ ਜੀਓ ਸੰਗਤ, ਅਤੇ ਸਾਡੇ ਸ਼ਹਿਰ ਮੁਜ਼ੱਫਰਗੜ੍ਹ ਦਾ ਵਿਊ ਦੇਖ ਲਓ ਮੌਸਮ। ਅਸਲਾਮ ਅਲੈਕੁਮ ਸੰਗਤ, ਕਿਆ ਹਾਲ ਚਾਲ ਹੈ? ਉਮੀਦ ਕਰਨ ਸਾਰੇ ਠੀਕ ਠਾਕ ਹੋ ਸੋ, ਅਤੇ ਮੈਂ ਵੀ ਅਲਹਮਦੁਲਿਲਾ ਠੀਕ ਠਾਕ ਹਾਂ। ਅੱਛਾ ਸੰਗਤ, ਇਹਦੇ ਪਿਓ ਸੋ ਬੈਕਗਰਾਊਂਡ 'ਤੇ ਕੋਈ ਤੁਹਾਨੂੰ ਨਵੀਂ ਲੋਕੇਸ਼ਨ ਨਜ਼ਰ ਆਉਂਦੀ ਪਿਓ ਸੀ, ਤਾਂ ਵਾਕਈ ਇਹ ਨਵੀਂ ਲੋਕੇਸ਼ਨ ਹੈ, ਅਤੇ ਅਸਾਂ ਰੂਮ ਚੇਂਜ ਕੀਤਾ, ਤੁਹਾਨੂੰ ਨਵੇਂ ਰੂਮ ਦਾ ਵਿਜ਼ਿਟ ਕਰਵਾਵਾਂਗੇ। ਉਹ ਸਾਹਮਣੇ ਪਿਓਰ ਕੂਲਰ ਪੱਖਾ ਲੱਗਿਆ ਖੜ੍ਹੇ, ਅਤੇ ਮਾਸ਼ਾਅੱਲਾ ਕੂਲਰ ਪੱਖਾ ਜਿਹੜਾ ਹੈ ਨਾ, ਗੂੜਾ ਪੱਟੀ ਖੜ੍ਹੇ, ਅਤੇ ਮੈਂ ਹੁਣ ਗਾਂ ਦੂ ਕੇ ਆਇਆ ਖੜ੍ਹਾ, ਅਤੇ ਤਿਆਰੀ ਹੈ ਘਰ ਦੀ, ਅਤੇ ਸ਼ੋਪਰ ਵੀ ਆਇਆ ਪਿਆ, ਇਹਦੇ ਵਿੱਚ ਕੱਪੜੇ ਛੱਪੜੇ ਪਏ ਨੇ, ਅਤੇ ਬਾਅਦ ਤਿਆਰੀ ਕਰੇ ਨੇ ਇਨਸ਼ਾਅੱਲਾ ਉੱਥੇ ਰਵਾਨਾ ਦੇ ਨੇ। ਅੱਛਾ ਸੰਗਤ, ਤੁਹਾਡੇ ਕਮਾਲ ਮੁਹੱਬਤ ਹੈ, ਸਮੇਂ ਪਿਛਲੇ ਦੋ ਤਰੇ ਵੀ ਲੋਕਾਂ ਨੇ ਮਾਸ਼ਾਅੱਲਾ ਬਹੁਤ ਅੱਛਾ ਸਪੋਰਟ ਦਿੱਤਾ, ਔਰ ਬਹੁਤ ਅੱਛਾ ਮੁਹੱਬਤਾਂ ਲਿਖਿਆ, ਲਾਈਕ ਕਮੈਂਟ ਠੀਕ ਹੈ ਨਾ, ਸ਼ੇਅਰ ਵੀ ਮਾਸ਼ਾਅੱਲਾ ਬਹੁਤ ਅੱਛੇ ਕੀਤੇ ਹੋਏ, ਅਤੇ ਇਵੇਂ ਹੀ ਸਪੋਰਟ ਕਰੇ ਅੰਦਰ ਆਓ, ਅਤੇ ਮੇਰੇ ਨਾਲ ਆਓ, ਅਤੇ ਇਨਸ਼ਾਅੱਲਾ ਮੈਂ ਅੱਛੇ ਅੱਛੇ ਵੀ ਲੋਕ ਗਿਣ ਕੇ ਆਸਾਂ ਆਉਣ ਦੇ ਟਾਈਮ ਵਿੱਚ, ਅਤੇ ਇਨਸ਼ਾਅੱਲਾ ਬਾਕੀ ਇੰਜੋਏ ਕਰੇ ਨੇ ਅੱਜ ਤੱਕ ਲੋਕ। ਅੱਛਾ ਸੰਗਤ, ਜਿਵੇਂ ਕਿ ਤੁਹਾਨੂੰ ਪਤਾ ਹੈ ਗਰਮੀ ਦਾ ਮਾਹੌਲ ਕਿਵੇਂ ਚੱਲਦਾ ਪਿਆ, ਅਤੇ ਗੱਡੀਆਂ ਸਫ਼ਰ ਕਰਨ ਵਿੱਚ ਬਹੁਤ ਜ਼ਿਆਦਾ ਗਰਮੀ ਥੀਂਦੀ ਹੈ, ਅਤੇ ਬਹੁਤ ਜ਼ਿਆਦਾ ਹੀ ਤੰਗੀ ਥੀਂਦੀ ਹੈ, ਤਾਂ ਬਹੁਤ ਜ਼ਿਆਦਾ ਗਰਮੀ ਹੈ, ਅਤੇ ਮੈਂ ਵੀ ਗੱਡੀ 'ਚ ਬੈਠਾ ਤੀਆ ਸਵਾਰ ਹਾਂ ਪਿਆ, ਅਤੇ ਡੇਦਾ ਬੈਠਾ ਕਿ ਕਿਤਨੀ ਦੇਰ ਪੁੱਜੇ ਸੀ। ਮਾਸ਼ਾਅੱਲਾ ਸਫ਼ਰ ਕਰਨੇ ਕਰਨੇ ਮੈਂ ਪਹੁੰਚਾਇਆ ਆਪਣੇ ਸ਼ਹਿਰ ਸ਼ੁਜਾਬਾਦ ਦੇ ਵਿੱਚ, ਅਤੇ ਇੱਥੇ ਕਿਹਾ ਥੋੜ੍ਹਾ ਜਿਹਾ ਹੈ ਸਟਾਪ ਗੱਡੀ ਦਾ, ਅਤੇ ਇਹ ਥੋੜ੍ਹੀ ਜਿਹੀ ਦੇਰ ਇੰਤਜ਼ਾਰ ਤੋਂ ਬਾਅਦ ਵਾਰ ਰਵਾਨਾ ਥੀ ਸੀ। ਸੰਗਤ, ਸਾਡੇ ਸ਼ਹਿਰ ਦਾ ਮਾਹੌਲ ਦੇਖੋ। ਅੱਛਾ ਸੰਗਤ, ਮੈਦਾ ਗਰਮੀ ਕਿਨੇ ਨਾ ਬੁਰਾ ਹਾਲ ਹੈ ਪਿਆ, ਗੱਡੀ ਕਹਿ ਰਹੇ ਤਕਰੀਬਨ 10-15 ਮਿੰਟਾਂ ਤੋਂ ਰੁਕੀ ਖੜੀ ਹੈ, ਤਾਂ ਮੈਂ ਕਿਹਾ ਚਲੋ ਇੰਜੋਏਮੈਂਟ 'ਚ ਛੋਟੇ ਬਾਲ ਕੋਈ ਖਿਡਾਉਣ ਬੈਠੇ ਜ਼ਰਾ, ਠੀਕ ਹੈ ਨਾ, ਅਤੇ ਇਹਦੇ ਨਾਲ ਦੇਖੋ ਮੈਂ ਇੱਕ ਸੱਡੇਂਦਾ ਪਿਆ, ਅਤੇ ਉਹ ਕਹਿੰਦੇ ਮਾਸ਼ਾਅੱਲਾ ਬੱਚਾ ਪਿਆਰਾ ਹੈ, ਠੀਕ ਹੈ ਨਾ, ਅਤੇ ਇਹਦੇ ਨਾਲ ਇੰਜੋਏਮੈਂਟ ਕੀਤੀ ਅਸੀਂ। ਸੰਗਤ, ਅੱਜ ਦੀ ਉਮੀਦ ਕਰਿਆ ਨਾ ਤੁਹਾਨੂੰ ਮੇਰੀ ਛੋਟੀ ਜਿਹੀ ਵੀਡੀਓ ਹੈ ਅੱਛੀ ਲੱਗੀ ਹੋ ਸੀ, ਅਗਰ ਅੱਛੀ ਲੱਗੀ ਹੈ ਤਾਂ ਇੱਕ ਲਾਈਕ ਕਰੋ ਚਾ ਆਪਣੇ ਮੁਹੱਬਤਾਂ ਭਰਾ, ਠੀਕ ਹੈ ਨਾ, ਅਤੇ ਇੱਕ ਸ਼ੇਅਰ ਕਰੋ ਚਾ, ਅਤੇ ਬਾਕੀ ਇਨਸ਼ਾਅੱਲਾ ਮਿਲਦੇ ਹੈ ਅਗਲੇ ਵਲੋਗ 'ਚ। ਅੱਲਾ ਹਾਫਿਜ਼।